ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਜਿੱਥੇ ਕਿ ਅਸਤ ਘਾਟ ਵਿੱਚ ਮਿਲ ਰਹੇ ਗੰਦੇ ਪਾਣੀ ਨੂੰ ਲੈ ਕੇ ਲਗਾਤਾਰ ਮੁੱਦਾ ਉਠਾਇਆ ਗਿਆ ਸੀ, ਜਿਸ ਦੇ ਤਹਿਤ ਸੰਤ ਸਿੱਚੇਵਾਲ ਅਤੇ ਸਥਾਨਕ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਹੁੰਚ ਕੇ ਇਹਨੂੰ ਜਲਦੀ ਦਰੁਸਤ ਕਰਾਉਣ ਦੇ ਆਦੇਸ਼ ਦਿੱਤੇ ਸੀ ਅਤੇ ਮੌਕੇ ਦਾ ਨਿਰੀਖਣ ਕੀਤਾ ਸੀ। ਉਸ ਦੇ ਤਹਿਤ ਹੀ ਸਿੱਚੇਵਾਲ ਤੋਂ ਆਈ ਟੀਮ ਨੇ ਮੌਕੇ 'ਤੇ ਪਹੁੰਚ ਸਥਿਤੀ ਨੂੰ ਇੱਕ ਵਾਰ ਫਿਰ ਜਾਇਜ਼ਾ ਲਿੱਤਾ ਅਤੇ ਹੁਣ ਬਣਾਏ ਗਏ ਨਕਸ਼ੇ ਦੇ ਮੁਤਾਬਿਕ ਕੰਮ ਜਲਦ ਹੀ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ ਹੈ। ਚਲੋ, ਦਰਿਆ ਦੀ ਇੱਕ ਛੋਟੀ ਜਿਹੀ ਟ੍ਰਿਬਿਊਟਰੀ ਜਿਹੜੀ ਹੈ ਉਹ ਪਤਾਲਪੁਰੀ ਦੇ ਨਾਲ ਦੀ ਲੰਘਦੀ ਹੈ। ਉਹਦੇ ਵਿੱਚ ਸ਼ਹਿਰ ਦਾ ਸੀਵਰੇਜ ਦਾ ਸਾਰਾ ਪਾਣੀ ਆ ਰਿਹਾ ਔਰ ਬਹੁਤ ਹੀ ਮਨ ਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਇਹ ਇਸਦਾ ਪ੍ਰਬੰਧ ਜਿਹੜਾ ਸੀ ਉਹ ਹੋਣਾ ਚਾਹੀਦਾ ਸੀਗਾ, ਲੇਕਿਨ ਹੁਣ ਤੱਕ ਹੋ ਨਹੀਂ ਸਕਿਆ। ਸੰਤ ਬਾਬਾ ਬਲਵੀਰ ਸਿੰਘ ਜੀ ਉਹ ਵੀ ਮੌਕਾ ਦੇਖ ਕੇ, ਉਹਨਾਂ ਨੇ ਮੈਨੂੰ ਕਿਹਾ ਤੁਸੀਂ ਦਾਸ ਸਾਰਾ ਦੇਖ ਕੇ ਆ। ਅੱਜ ਸੀਵਰੇਜ ਬੋਰਡ ਦੇ ਵੀ ਅਧਿਕਾਰੀ ਸਾਡੇ ਨਾਲ ਨੇ, ਅਸੀਂ ਸਾਰਾ ਇਹਦਾ ਨਕਸ਼ਾ ਵਗੈਰਾ ਇਹਨਾਂ ਨੇ ਜੋ ਬਣਾਇਆ ਉਹ ਸਾਰਾ ਦੇਖਿਆ ਹੈ, ਮੌਕਾ ਵੀ ਦੇਖਿਆ ਜਿੱਥੋਂ ਜਿੱਥੋਂ ਪਾਣੀ ਪੈਂਦਾ ਹੈ ਔਰ ਕੁਛ ਜਗ੍ਹਾ ਵੀ ਹੈ ਪੰਚਾਇਤ ਦੀ ਜਿੱਥੇ ਇਹਨਾਂ ਨੇ ਇੱਕ ਟੋਆ ਪੱਟ ਕੇ ਉਹਨੂੰ ਰੋਕਣ ਦਾ ਯਤਨ ਕੀਤਾ, ਲੇਕਿਨ ਉਹ ਪਾਣੀ ਦਾ ਵਹਾਅ ਇਸ ਕਰਕੇ ਨਹੀਂ ਠੱਲ ਹੋ ਸਕਿਆ ਜਾਂ ਕਿ ਉਹਦੀ ਗੁਣਵੱਤਾ ਜਿਹੜੀ ਹੈਗੀ ਹੈ ਉਹ ਇਸ ਪਾਣੀ ਦੇ ਮਿਆਰ ਨਾਲ ਨਹੀਂ ਰਲਦੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪਵਰਾ ਦੀ ਰਿਪੋਰਟ, ਚੈਨਲ 2।